ਮੈਂ ਸਭ ਤੋਂ ਪਹਿਲਾਂ ਤਾਂ ਸਾਰੇ ਜਿਹੜੇ ਮੇਰੇ ਭਰਾ ਨੇ ਜਿਹੜੇ ਮੈਨੂੰ ਨਹੀਂ ਜਾਣਦੇ ਉਹ ਵੀ ਮੈਨੂੰ ਪਿਆਰ ਕਰ ਰਹੇ ਨੇ, ਅਤੇ ਖੰਨਾ ਵਾਲਿਆਂ ਦਾ ਦਿਲੋਂ ਧੰਨਵਾਦ ਕਰਦਾ ਕਿ ਉਹਨਾਂ ਨੇ ਆ ਕੇ ਮੇਰੇ ਸਵਾਗਤ ਕੀਤਾ, ਅਤੇ ਮੇਰੇ ਨਾਲ ਦਾ ਭਰਾ ਖੜ੍ਹੇ ਨੇ ਸਾਰੇ ਹੀ, ਅਤੇ ਮੈਂ ਅੱਜ ਅਮੈਰੀਕਾ ਦੀ ਧਰਤੀ ਤੋਂ ਆਹ ਗੋਲਡ ਮੈਡਲ ਜਿੱਤ ਕੇ ਆਇਆ। ਅੱਛਾ ਜੀ, ਅਮੈਰੀਕਾ ਦੇ ਵਿੱਚ ਓਲ ਵਰਲਡ ਚੈਂਪੀਅਨਸ਼ਿਪ ਹੋ ਰਹੀ ਸੀ ਜਿਹਦੇ ਵਿੱਚ ਪੈਰਾ ਕੈਟੇਗਰੀ ਦੇ ਵਿੱਚ ਇੰਡੀਆ ਦਾ ਮੈਂ ਇਕਲੌਤਾ ਸੀਗਾ ਜਿਹਨੇ ਆਹ ਮੈਡਲ ਲਿਆ। ਅਮੈਰੀਕਾ 'ਚ ਤੁਸੀਂ ਇੰਡੀਆ ਦੇ ਇਕਲੌਤੇ ਹੋ? ਹਾਂਜੀ, ਜਿਹਨੇ ਆਹ ਮੈਡਲ ਲਿਆ। ਚੜ੍ਹ ਕੇ ਤੁਸੀਂ ਬੱਸ 'ਚ ਆਏ, ਬੱਸ 'ਚ ਉਤਰੇ ਹੋ? ਹਾਂਜੀ, ਬੱਸ 'ਤੇ ਆਏ ਜੀ। ਪਿਛਲੀ ਵਾਰ ਕਿਸੇ ਨੇ ਪਿਕ ਨਹੀਂ ਕਰਿਆ, ਐਤਕੀ ਫਿਰ ਕਿਸੇ ਨੇ ਪਿਕ ਨਹੀਂ ਕਰਿਆ। ਕਿਸੇ ਨੂੰ ਇਨਫੋਰਮ ਕੀਤਾ ਸੀਗਾ ਤੁਸੀਂ? ਹਾਂਜੀ, ਮੈਂ ਆਉਣ ਤੋਂ ਪਹਿਲਾਂ ਇੰਸਟਾਗ੍ਰਾਮ 'ਤੇ ਆਪਣੀ ਵੀਡੀਓ ਅਪਲੋਡ ਕਰੀ ਸੀ ਅਤੇ ਫੇਸਬੁੱਕ 'ਤੇ ਵੀ ਆਪਣੀ ਵੀਡੀਓ ਅਪਲੋਡ ਕਰੀ। ਤੁਸੀਂ ਆਪਣੇ ਜਿਹੜਾ ਮੈਡਲ ਜਿੱਤਣ ਬਾਰੇ ਤੁਸੀਂ ਦੱਸਿਆ ਸੀ ਵੀ ਮੈਂ ਮੈਡਲ ਜਿੱਤਿਆ ਹੋਇਆ? ਹਾਂਜੀ, ਸਾਰਿਆਂ ਨੂੰ ਪਤਾ, ਅਖਬਾਰਾਂ 'ਚ ਵੀ ਨਿਊਜ਼ ਲੱਗੀ ਸੀ ਕਿ ਤਰੁਣ ਸ਼ਰਮਾ ਨੇ USA ਦੀ ਧਰਤੀ 'ਤੇ ਜਾ ਕੇ ਇੱਕ ਹੋਰ ਮੈਡਲ ਆਪਣੇ ਨਾਮ ਕੀਤਾ। ਹਾਂਜੀ ਹਾਂਜੀ, ਇਹਨਾਂ ਨੇ ਭਰਾਵਾਂ ਨੇ ਕਰਿਆ, ਦਿਲੋਂ ਸ਼ੁਕਰੀਆ ਕਰਦਾ ਸਾਰਿਆਂ ਦਾ ਕਿ ਇਹਨਾਂ ਨੇ ਮੇਰਾ ਚਾਹੇ ਛੋਟਾ ਕਰਿਆ ਲੇਕਿਨ ਮੇਰਾ ਸਵਾਗਤ ਕਰਿਆ। ਕੀ ਮੰਗ ਕੀ ਕਰਦੇ ਹੋ, ਕਿੱਥੇ ਤੁਹਾਡੀ ਗੱਲ ਖੜੀ ਹੈ? ਕਿਉਂਕਿ ਪਹਿਲਾਂ ਵੀ ਤੁਸੀਂ ਬੜਾ ਸੰਘਰਸ਼ ਬਹੁਤ ਕੀਤਾ ਨੌਕਰੀਆਂ ਲਈ ਵੀ ਕਿਤੇ ਬਣਦਾ ਮਾਣ ਸਤਿਕਾਰ ਮਿਲੇ, ਹੁਣ ਵੀ ਤੁਸੀਂ ਆਪਣੇ ਖਰਚੇ 'ਤੇ ਜਾ ਕੇ ਆਏ ਹੋ? ਹਾਂਜੀ, ਮੈਂ ਆਪਣੇ ਖਰਚੇ 'ਤੇ ਜਾ ਕੇ ਆਇਆ, ਕੁਛ ਮੇਰੇ NRI ਭਰਾਵਾਂ ਨੇ ਮਦਦ ਕਰੀ, ਆਸਟ੍ਰੇਲੀਆ ਤੋਂ ਭੈਣ ਨੇ ਮਦਦ ਕਰੀ, ਅਤੇ ਉੱਥੇ ਨਵੀਨ ਸ਼ਰਮਾ ਜੀ ਨੇ ਜਿਹਨਾਂ ਨੇ ਮੈਨੂੰ ਰੱਖਿਆ ਆਪਣੇ ਘਰ, ਅਤੇ ਇੱਕ ਭਰਾ ਹੈ ਜਿਹਨੇ ਮੈਨੂੰ ਰਿਟਰਨ ਟਿਕਟ ਦੇ ਲਈ ਮੇਰੀ ਮਦਦ ਕਰੀ। ਪਿਛਲੇ ਵਾਰੀ ਤੁਹਾਡਾ ਮਨ ਟੁੱਟ ਗਿਆ ਸੀਗਾ ਕਿ ਮੇਰਾ ਸਵਾਗਤ ਕਰਨ ਲਈ ਕੋਈ ਵੀ ਨਹੀਂ ਆਇਆ, ਅੱਜ ਫਿਰ ਲਗਭਗ ਉਸੇ ਤਰ੍ਹਾਂ ਹੀ ਦੇਖਣ ਨੂੰ ਮਿਲ ਰਿਹਾ। ਦੇਖੋ, ਪਹਿਲੇ ਇਹ ਸੀਗਾ ਕਿ ਸਾਡੀ ਗੇਮ ਕਹਿੰਦੇ ਸੀ ਰਿਕੋਗਨਾਈਜ਼ ਨਹੀਂ ਹੈ, ਬਟ ਹੁਣ ਸਾਡੀ ਗੇਮ ਪੰਜਾਬ ਓਲੰਪਿਕ ਦੇ ਵਿੱਚ ਹੈਗੀ ਆ। ਮੈਨੂੰ ਖੁਦ ਨੂੰ ਨਹੀਂ ਸਮਝ ਆ ਰਿਹਾ ਕਿ ਹੁਣ ਇਹੋ ਜਿਹਾ ਕੀ ਹੋਇਆ, ਆਖਿਰ ਇਹ ਮੈਡਲ ਆਪਣੇ ਪੰਜਾਬ ਆਪਣੇ ਖੰਨੇ ਆਪਣੇ ਦੇਸ਼ ਦੇ ਲਈ ਲੈ ਕੇ ਆਇਆ, ਔਰ ਇੱਦਾਂ ਹੀ ਮੈਂ ਕੋਈ ਮੈਨੂੰ ਆਵੇ ਲੈਣ ਨਾ ਆਵੇ ਡਜ਼ਨਟ ਮੈਟਰ, ਮੈਂ ਇੱਦਾਂ ਹੀ ਖੇਡਦਾ ਰਹੂੰਗਾ ਔਰ ਆਪਣੇ ਦੇਸ਼ ਲਈ ਆਪਣਾ ਆਹ ਮੈਡਲ ਲੈ ਕੇ ਆਉਂਦਾ ਰਹੂੰਗਾ। ਤੁਹਾਡੀ ਮਦਦ ਫਿਰ ਕਿੰਨੇ ਕਿੰਨੇ ਕੀਤੀ ਆ ਹੋਰ? ਮੇਰੀ ਮਦਦ ਆਪਣਾ ਆਸਟ੍ਰੇਲੀਆ ਤੋਂ ਇੱਕ ਭੈਣ ਹੈ ਉਹਨਾਂ ਨੇ ਕਰੀ, ਅਤੇ ਨਵੀਨ ਸ਼ਰਮਾ ਜੀ ਜੋ ਅਮੈਰੀਕਾ ਦੇ ਵਿੱਚ ਰਹਿੰਦੇ ਨੇ ਉਹਨਾਂ ਨੇ ਕਰੀ, ਅਤੇ ਖੁਸ਼ੀ ਦੀ ਗੱਲ ਹੈ ਕਿ ਅਮੈਰੀਕਾ ਜਾ ਕੇ ਮੈਨੂੰ ਲੋਕਾਂ ਨੇ ਇੰਨਾ ਪਿਆਰ ਦਿੱਤਾ, ਅਮੈਰੀਕਾ 'ਚ ਆਪਣੇ ਪੰਜਾਬੀਆਂ ਨੇ ਉਹਨਾਂ ਨੇ ਮੈਨੂੰ ਆਪਣੀ ਹੱਥਾਂ 'ਤੇ ਚੱਕਿਆ, ਪਰ ਇੱਥੇ ਆ ਕੇ ਮੈਨੂੰ ਸਮਝ ਨਹੀਂ ਲੱਗਿਆ। ਔਰ ਦੂਜਾ ਵਰਧਮਾਨ ਟੀਮ ਲੁਧਿਆਣਾ ਜਿਨ੍ਹਾਂ ਨੇ ਮੇਰੀ ਬਹੁਤ ਮਦਦ ਕਰੀ, ਅਤੇ ਮੈਂ ਅਪੀਲ ਇਹੀ ਕਰੂੰਗਾ ਕਿ ਮੇਰਾ ਘਰ ਹੁਣ ਵੀ ਗਿਰਵੀ ਪਿਆ, ਅਤੇ ਜੇ ਉਹ ਇੱਦਾਂ ਹੀ ਗਿਰਵੀ ਰਿਹਾ ਤਾਂ ਮੈਂ ਖੇਡਣਾ ਮੇਰਾ ਮੁਸ਼ਕਿਲ ਹੋ ਜਾਣਾ, ਕਿਉਂਕਿ ਇਸ ਟਾਈਮ ਮੇਰੇ ਤੋਂ ਕਿਸ਼ਤਾਂ ਜੋਗੇ ਵੀ ਪੈਸੇ ਨਹੀਂ ਹੈ, ਜੋ ਰਿਐਲਿਟੀ ਹੈ। ਜੇ ਕਿਸੇ ਨੂੰ ਸ਼ੱਕ ਹੈ, ਡਾਊਟ ਹੈ, ਤਾਂ ਉਹ ਚੈੱਕ ਕਰਾ ਸਕਦਾ HDFC ਬੈਂਕ ਲੁਧਿਆਣੇ ਦੇ ਵਿੱਚ, ਮੇਰੇ ਉੱਤੇ ਲੋਨ ਚੱਲ ਰਿਹਾ 12 ਲੱਖ ਰੁਪਏ ਦਾ। ਸੋ ਮੈਂ ਸਰਕਾਰਾਂ ਨੂੰ ਇਹ ਵਾਰ ਵਾਰ ਅਪੀਲ ਕਰਦਾ ਕਿ ਚਲੋ ਜੋ ਹੋਇਆ ਜਿੱਥੋਂ ਹੋਇਆ, ਲੇਕਿਨ ਹੁਣ ਮੇਰੇ ਲਈ ਕੁਛ ਕੀਤਾ ਜਾਵੇ ਤਾਂ ਕਿ ਮੈਂ ਨੌਜਵਾਨ ਪੀੜ੍ਹੀ ਨੂੰ ਅੱਗੇ ਆਪਣੇ ਕਰਾਟੇ ਗੇਮ ਨੂੰ ਡਿਵੈਲਪ ਕਰਾਂ, ਅਤੇ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦੇ ਦਲਦਲ ਤੋਂ ਕੱਢਣ ਦੀ ਕੋਸ਼ਿਸ਼ ਕਰਾਂ। ਲੋਕਾਂ ਦੀ ਮਦਦ ਨਾਲ ਗਏ ਹੋ ਤੁਸੀਂ? ਹਾਂਜੀ, ਐਤਕੀ ਵੀ ਮੈਂ ਲੋਕਾਂ ਦੀ ਮਦਦ ਨਾਲ ਹੀ ਗਿਆ, ਕੁਝ ਪੱਲਿਓ ਮੇਰੇ ਲੱਗੇ ਨੇ, 1.5 ਲੱਖ ਤੱਕ ਮੇਰੇ ਪੱਲਿਓ ਲੱਗਿਆ, ਜੋ ਮੈਂ ਕਿਸੇ ਤੋਂ ਫੜ ਫੜਾ ਕੇ ਗਿਆ ਜਿਵੇਂ ਪਹਿਲੇ ਗਿਆ ਸੀ, ਹੁਣ ਵੀ ਉੱਕ ਨਹੀਂ ਗਿਆ। ਸੋ ਮੈਂ ਦਿਲੋਂ ਸ਼ੁਕਰੀਆ ਕਰਦਾ ਪੰਜਾਬੀ ਭਰਾਵਾਂ ਦਾ ਕਿ ਜੇ ਅੱਜ NRI ਭਰਾ ਨਾ ਹੁੰਦੇ ਤਾਂ ਮੈਂ ਆਹ ਮੈਡਲ ਨਾ ਅਚੀਵ ਕਰਦਾ, ਅਤੇ ਸਾਰਿਆਂ ਦਾ ਹੀ ਦਿਲੋਂ ਧੰਨਵਾਦ ਹੈ। ਇੱਕ ਵਾਰ ਫਿਰ ਤੁਹਾਡੇ ਸਾਰਿਆਂ ਦਾ ਦਿਲੋਂ ਧੰਨਵਾਦ ਕਰਦਾ।